ਪ੍ਰੀਤ ਵਰਗਾ ਨਹੀਂ ਜੀ, ਮੈਂ ਬਹੁਤ ਕਰੀਅਰ ਹੋ ਗਿਆ ਜੀ, ਸਗੋਂ ਸਰ ਧਮਕੇ ਦਿੰਦੇ ਜੀ, ਤੁਸੀਂ ਗਾਂਹ ਪਹੁੰਚ ਕੇ ਤਰ ਮਾਰ ਦਾਂਗੇ ਪੁਲਿਸ ਸਾਡੀ, ਤੁਸੀਂ ਕੁਝ ਨਹੀਂ ਵਿਗਾੜ ਦਿੰਦੇ, ਸੋਚ ਰਾਮ ਅਸੀਂ ਕਿੱਥੇ ਮਾਰੀਏ ਜੇ ਅਸੀਂ ਮਾਰ ਕੇ ਮਗਰੋਂ ਪੁਲਿਸ ਆਊਗਾ ਤਾਂ ਅਸੀਂ ਕਿਹੜੇ ਕੋਲ ਦੇਖਣ ਆਵਾਂਗੇ, ਸਾਨੂੰ ਕੌਣ ਮਾਰ ਗਿਆ ਕੌਣ ਖਪਾ ਗਿਆ, ਇਸ ਕਰਕੇ ਮੇਰੀ ਬੇਨਤੀ ਹੈ। ਵਿਦੇਸ਼ ਜਾਣ ਵਾਲੇ ਇਸ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣ ਤੇ ਜਿਵੇਂ ਜਿਵੇਂ ਗੱਲਬਾਤ ਅੱਗੇ ਵਧੇਗੀ ਤੁਹਾਨੂੰ ਉਵੇਂ ਉਵੇਂ ਪੰਜਾਬ ਦੇ ਵਿੱਚ ਹੁੰਦੀਆਂ ਠੱਗੀਆਂ ਦਾ ਤੁਹਾਡੇ ਨਾਲ ਜ਼ਿਕਰ ਕਰਾਂਗੇ। ਪਰ ਇਸ ਗੱਲਬਾਤ ਨੂੰ ਤੁਸੀਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਬਠਿੰਡੇ ਦੀਆਂ ਗਲੀਆਂ ਦੇ ਵਿੱਚ ਖੜ੍ਹੇ ਹਾਂ ਅਤੇ ਕੀ ਤੁਹਾਨੂੰ ਪਤਾ ਕਿ ਇਹਨਾਂ ਗਲੀਆਂ ਦੇ ਵਿੱਚ ਉਹ ਲੋਕ ਰਹਿੰਦੇ ਨੇ ਜਿਹੜੇ ਤੁਹਾਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਕ ਪਰਮਿਟ 'ਤੇ ਭੇਜਦੇ ਆ। ਹੁਣ ਇਹ ਤੁਸੀਂ ਸੋਚਣਾ ਕਿ ਇਹ ਲੋਕ ਜਿਨ੍ਹਾਂ ਨੂੰ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ, ਕੀ ਇਹਨਾਂ ਦੀ ਹੈਸੀਅਤ ਹੈ ਕੰਪਨੀਆਂ ਖੜ੍ਹੀਆਂ ਕਰਨ ਦੀ? ਕੀ ਇਹਨਾਂ ਦੀ ਹੈਸੀਅਤ ਹੈ ਕਿ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਇਤਿਹਾਸ ਦੇ ਦੇਣ? ਨਿੱਕੀ ਜਿਹੀ ਗਲੀ ਹੈ, ਕੋਈ ਬਾਹਲਾ ਅਮੀਰ ਇਲਾਕਾ ਨਹੀਂ, ਬਿਲੋ ਮਿਡਲ ਕਲਾਸ ਫੈਮਿਲੀਜ਼ ਬਠਿੰਡੇ ਦੇ ਪ੍ਰਤਾਪ ਨਗਰ ਦੇ ਵਿੱਚ ਰਹਿੰਦੀਆਂ ਨੇ। ਕੋਈ ਅਜਿਹਾ ਘਰ ਹੋਏਗਾ ਜਿਹਦੀ 50,000 ਮਹੀਨੇ ਤੋਂ ਇਨਕਮ ਉੱਪਰ ਹੋਵੇ? ਖਾਸ ਕਰ ਇਸ ਇਲਾਕੇ ਦੇ ਵਿੱਚ ਉਹ ਲੋਕ ਰਹਿੰਦੇ ਨੇ ਜਿਹੜੇ ਰੋਜ਼ਾਨਾ ਦਿਹਾੜੀ ਮਜ਼ਦੂਰੀ ਕਰਦੇ ਨੇ, ਰੇਹੜੀਆਂ ਤੱਪੇ ਲਾਉਂਦੇ ਨੇ, ਕੋਈ ਸਮੋਸਿਆਂ ਦੀ ਰੇਹੜੀ ਲਾਉਂਦਾ, ਕੋਈ ਅੰਡਿਆਂ ਦੀ ਲਾਉਂਦਾ, ਕੋਈ ਕੁਛ ਲਾਉਂਦਾ। ਸੋ ਅਜਿਹੇ ਇੱਕ ਦੋ ਨੌਜਵਾਨਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਾ ਰਿਹਾ। ਇਹ ਨੌਜਵਾਨ ਕੌਣ ਨੇ? ਇਹਨਾਂ ਨੌਜਵਾਨਾਂ ਦੇ ਨਾਂ ਦੇ ਉੱਤੇ ਕੰਪਨੀਆਂ ਬਣੀਆਂ ਨੇ। ਇਹ ਕੰਪਨੀਆਂ ਕਿਹਨਾਂ ਨੇ ਬਣਾਈਆਂ? ਇਹ ਨੌਜਵਾਨਾਂ ਦੇ ਮੂੰਹੋਂ ਤੁਹਾਨੂੰ ਦੱਸਾਂਗੇ ਗੱਲਬਾਤ। ਪਰ ਇਹ ਨੌਜਵਾਨ ਉਹੀ ਨੇ ਜਿਨ੍ਹਾਂ ਨੇ ਤੁਹਾਨੂੰ ਵਿਦੇਸ਼ ਭੇਜਣ ਦੀ ਗੱਲਬਾਤ ਕੀਤੀ ਹੈ। ਇਹ ਦੋ ਨੌਜਵਾਨ ਨੇ, ਪਿੱਛੇ ਇਹਨਾਂ ਦਾ ਘਰ ਹੈ, ਇਹ ਮੁਹੱਲੇ 'ਚ ਰਹਿੰਦੇ ਨੇ। ਮਾਰ ਕੀ ਪਈ ਇਹਨਾਂ ਨੂੰ? ਜਦੋਂ ਲੋਕਡਾਊਨ ਹੋਇਆ ਤਾਂ ਇਹ ਇੱਕ ਇਮੀਗ੍ਰੇਸ਼ਨ ਵਾਲੀ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਪਏ, ਜਿਨ੍ਹਾਂ ਦੇ ਦਫ਼ਤਰ ਦਿੱਲੀ ਤੋਂ ਲੈ ਕੇ ਬਠਿੰਡੇ ਤੱਕ ਸਨ। ਕੀ ਨਾਮ ਵੀ ਤੁਹਾਡਾ? ਮੇਰੇ ਜੀ ਦੀਪਕ ਕੁਮਾਰ। ਅਤੇ ਤੇਰਾ ਵੀ? ਪ੍ਰਦੀਪ ਕੁਮਾਰ। ਦੀਪਕ ਅਤੇ ਪ੍ਰਦੀਪ ਦੋ ਸਕੇ ਭਰਾ ਨੇ, ਨੌਜਵਾਨ ਨੇ, ਅਤੇ ਇਹਨਾਂ ਨੇ ਨਹੀਂ ਪਰ ਇਹਨਾਂ ਦੇ ਨਾਂ ਦੇ ਉੱਤੇ। ਹੁਣ ਇੱਕ ਵੇਖਣ ਵਾਲੀ ਗੱਲ ਹੈ, ਕਰੰਟ ਅਕਾਊਂਟ ਖੁੱਲ੍ਹਦੇ ਨੇ, ਕੰਪਨੀਆਂ ਬਣਦੀਆਂ ਨੇ, ਅਤੇ ਕੰਪਨੀਆਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ। ਜਿਵੇਂ ਕਿ ਪਹਿਲਾਂ ਮੈਂ ਪ੍ਰੋਗਰਾਮਾਂ ਦੇ ਵਿੱਚ ਦੱਸ ਚੁੱਕਿਆ ਕਿ ਵਿਦੇਸ਼ਾਂ ਦੇ ਵਿੱਚ ਵਰਕ ਪਰਮਿਟ ਦੇ ਨਾਂ ਦੇ ਉੱਤੇ ਕਿਸ ਤਰ੍ਹਾਂ ਗੋਰਖ ਧੰਦਾ ਹੁੰਦਾ ਅਤੇ ਕਿਸ ਤਰ੍ਹਾਂ ਤੁਹਾਡੇ ਨਾਲ ਠੱਗੀ ਮਾਰੀ ਹੈ, ਉਹ ਤੁਹਾਨੂੰ ਅੱਗੇ ਅੱਗੇ ਦੱਸਦੇ ਜਾਵਾਂਗੇ। ਆਪਾਂ ਇਹਨਾਂ ਦੇ ਘਰੇ ਚੱਲਦੇ ਹਾਂ, ਕੁਛ ਕਾਗਜ਼ਾਤ ਦੇਖਦੇ ਹਾਂ। ਦੀਪਕ ਅਤੇ ਪ੍ਰਦੀਪ ਇਹ ਸਿਰਫ ਦੋ ਨੌਜਵਾਨ ਨੇ ਜਿਨ੍ਹਾਂ ਤੋਂ ਅੱਜ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ। ਪੜਾਅ ਵਰ ਪੜਾਅ ਤੁਹਾਡੇ ਕੋਲ ਹੋਰ ਵੀ ਆਉਣਗੇ। ਇਹਨਾਂ ਦਾ ਨਾਂ ਦੇ ਉੱਤੇ ਇੱਕ ਦਫ਼ਤਰ ਦਿੱਲੀ, ਇੱਕ ਬਠਿੰਡੇ, ਅਤੇ ਜਿਹੜੇ ਲੋਕਾਂ ਨੇ ਇਹਨਾਂ ਦੇ ਉੱਤੇ ਦਰਖਾਸਤਾਂ ਦਿੱਤੀਆਂ ਨੇ, ਕੋਈ ਨੇਪਾਲ ਦਾ ਅਤੇ ਕੋਈ ਕਿੱਥੋਂ ਦਾ। ਬੇਸਿਕਲੀ ਦਰਖਾਸਤਾਂ ਇਹਨਾਂ 'ਤੇ ਨਹੀਂ ਦਿੱਤੀਆਂ, ਦਰਖਾਸਤਾਂ ਦਿੱਤੀਆਂ ਹੋਰਾਂ 'ਤੇ ਹੈ, ਪਰ ਅਖੀਰ ਪੁਲਿਸ ਦੀ ਪੈਡ ਇਹਨਾਂ ਦੇ ਘਰੇ ਪਹੁੰਚਦੀ ਹੈ। ਉਹ ਕਿਉਂ ਪਹੁੰਚਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਆਓ ਪਹਿਲਾਂ ਆਪਾਂ ਇਹਨਾਂ ਦੇ ਘਰੇ ਚੱਲਦੇ ਹਾਂ, ਬਹਿ ਕੇ ਗੱਲਬਾਤ ਕਰਦੇ ਹਾਂ, ਸਾਰੇ ਕਾਗਜ਼ਾਤ ਦੇਖਦੇ ਹਾਂ, ਕਾਗਜ਼ਾਤਾਂ ਦੇ ਵਿੱਚ ਕੀ ਕੁਛ ਹੈ ਆਪਾਂ ਉਹ ਵੀ ਦੇਖਦੇ ਹਾਂ। ਲਓ ਫੜਾਓ ਜੀ ਕਾਗਜ਼ਾਤ ਸਾਨੂੰ, ਆ ਜਾਓ। ਇਹ ਕੁਛ ਸਾਡੇ ਕੋਲ ਬੈਂਕ ਸਟੇਟਮੈਂਟਸ ਨੇ। ਬੈਂਕ ਸਟੇਟਮੈਂਟ ਜਿਹੜੀ ਹੈ ਜੀ, ਇਸ ਵਕਤ ਕਰੰਟ ਅਕਾਊਂਟ ਜਰਨਲ ਕੈਨਰਾ ਬੈਂਕ ਇਹ ਹੈਗੀ ਹੈ। ਇਹ ਦੀਪਕ ਕੁਮਾਰ, ਪ੍ਰਦੀਪ ਕੁਮਾਰ ਪ੍ਰੋਪਰੇਟਰ ਹੈ, ਸ਼ੋਪ ਨੰਬਰ 5 ਗੋਨਿਆਣਾ ਰੋਡ ਨੇੜੇ ਵਿਸ਼ਵਕਰਮਾ ਮਾਰਕੀਟ ਬਠਿੰਡਾ, ਅਤੇ ਫਰਮ ਦਾ ਨਾਂ ਕੀ ਹੈ? ਡਰੀਮ ਲੈਂਡ ਐਸੋਸੀਏਟਸ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਕੁਛ ਹੋਰ ਨੇ ਤੁਹਾਨੂੰ ਦਿਖਾਉਣੇ ਆ। ਦੀਪਕ ਕੁਮਾਰ ਸਾਨਾ ਸ਼ਾਮ ਲਾਲ ਬੈਠ ਆ, ਦਰਵਾਜ਼ਾ ਭੇਟ ਵੀ ਕਰਕੇ ਦਰਵਾਜ਼ਾ ਭੇਟ, ਸੋਰੀ, ਠੀਕ ਹੈ। ਅਤੇ ਇਹ ਵੀ ਪ੍ਰਤਾਪ ਨਗਰ ਦੀ ਹੈ, ਜੁਆਇੰਟ ਹੋਲਡਰ ਨੇ ਇਹ, HDFC ਬੈਂਕ ਦਾ ਅਕਾਊਂਟ ਹੈ, ਅਤੇ ਇਹਦਾ ਕੰਪਨੀ ਦਾ ਨਾਂ ਹੈ ਜੀ, ਤੁਹਾਨੂੰ ਮੈਂ ਦੱਸਾਂ, ਦੀਪਕ ਕੁਮਾਰ ਦੇ ਨਾਂ 'ਤੇ ਨੋਮੀਨੇਸ਼ਨ ਜੁਆਇੰਟ ਹੋਲਡਰ ਆ ਗਈ ਜੀ। ਇਸ ਦੇ ਵਿੱਚ 6/10/21 ਤੋਂ ਲੈ ਕੇ, ਜਿਹੜੀ ਮੇਰੇ ਕੋਲ ਸਟੇਟਮੈਂਟ ਹੈ, 6/10/21 ਤੋਂ ਲੈ ਕੇ ਅਤੇ 1/6/22 ਤੱਕ ਇਹਦੇ ਵਿੱਚ ਲੈਣ ਦੇਣ ਹੋਇਆ।
8,41,897 रुपये आए हैं, तो 8,43,500 कटाल है, तो 1,603 रुपये ये बकाया है। हुण इहदे विच क्लीयर नहीं हो रहा कि यह अकाउंट जिहड़ा हैगा वह करंट है जां की है, चलो इहनू बाद च वेखांगे। यह है HDFC का अकाउंट, तो यह अकाउंट है जी साडे कोले कैनरा बैंक सिविल लाइन का, जिहदा तुहानू मैं पहलां दस्सिया इहदे विच भी यह अकाउंट स्टेटमेंट्स कढ़ाइया हुई इन्होंने। सो कहण तो भाव पलिंदे बड़े ने, 2,57,000 तक इहदा एंड मैनू देखना पएगा। चलो ये गलबात आपां अगे लैके चलते हैं। मेरा कहण तो मतलब की है कि जिवें तुहानू रेडियो पंजाब टुडे दे उत्ते पहलां भी असीं दसते रहे हैं कि यह गोरख धंधा की है। हुण मेरे नाल प्रदीप दीपक दीपक मामला कितों शुरू है सारा ये दसो। मेरा भरा नौकरी लगे सी गई ते लॉकडाउन च, ते इन्हें मैंने लवाता जी नौकरी, कहिंदा 10,000 मिलता है। ते मेरा भरा जो उन्होंने पैसे कढ़ाने गया ना उत्थे बैंक च, ते एक्स बैंक च, ते ओह उत्थे जिहड़े मुंडे सी उन्होंने ना ही ना कोई चैक लिता ना कुछ, ते ओह 5,00,000 रुपये फड़ाता जी, ते ओह चैक है ही नहीं गा, जिम्मे खाते तो साढ़े खुले हुए जी, ते पैसे ओह खाते सीगे, ते 5,00,000 रुपये लै गया वह, तो सानू 10,000 तनखा दिंदा सी, ते कहिंदा चैक मैं तैनू कल दे दूंगा। मैं तो हैरान है जी इन्हां दी एवें किवें मिली जुली भगती है, जिहड़े बैंक वाले बगैर 5,00,000 रुपये दे रहे, कोई चैक नहीं दे रहा, कुछ नहीं दे रहा। तो फिर मेरे भरा ने मैनू भी लवाता जी, मैं कहा चल लॉकडाउन हैगा, तो मेरे भावें रिकॉर्ड पता कर लो जी, मैं शोरूम से जॉब करता, मेरे को सर्टिफिकेट भी पै दिता बिरला का, तो पढ़िया भावें घट है तो नॉलेज बहुत है मैनू, तो मैनू नौकरी लवाता। मैं तो कदे दिल्ली भज्जा जी नानके आपदे, तो ना मैं कोई चैक दे साइन किए, तो ना मैं कुछ ATM भी इन्हों को लिया, सिम कार्ड भी मेरे से खाते मेरे नाम दे, ये पैसे पता नहीं किमें कढ़ा गए जी। मैंने आह चीज़ समझ नहीं आई जी, इन्हें तो साड़ी जिंदगी जमा बर्बाद करती जी। मैं तो मेरा लत्तां कंबदी जी, मेरा आदि माँ की इन्नी टेंशन है, 1 रुपया भी जी जैड के बराबर है, जो असं 1 रुपया भी खाते मैं तो प्रीत को जानता जी, प्रीत को जिन्हें मैंने रखा से, मैं झूठ बोला जी, मैंने नहीं पता। बाकी दफ्तर मैं इन्हें देखा जे अपना नहीं बीबी वाले चौंक तो पहले ना उत्थे कुड़ियां भी है, 7-8 कुड़ियां देखिया मैं, एक मैडम भी देखी है, तो चंगे कुड़ियां सी, ऑफिस बहुत वड्डा सी इन्हां दा। मैं कहा चलो ठीक होगा काम, मैंने एक पता जी फ्रॉड निकल गई मेरे खाते जो, पता नहीं पैसे कढ़ा गए लै गए पता की है। मैं तो एक भी सहन नहीं किए जी, जे मैं एक भी जिम्मेवार होव ना, मैं एक भी पैसा खाधा हो, मैं जी मर्जी सज़ा दे दो, पर इन्हों एक बारी जे दूजे बंद जिंदगी खराब कर रहा इन्हों दे जरूर कार्रवाई हो जी। मैं तो कह कि माँ का पुत बर्बाद ना हो साढ़े तो बाद। मेरा भरा नौकरी करता सी जी, को जी प्रीत है जी, मर गया मैं तेन कम लवा देना, मैं चल लवा दे, मैं अंडे उंडे रेहड़ी लांदा सी, मेरे अंडे रेहड़ी बंद हुई पई सी, उन्हें मैनू कहिंदा चाह पानी पियान ते भी लोड़ है ते लग जा, 10,000 रुपये महीना दवांगे, ते असीं लग गए। ते मैनू कहिंदा तेरी सैलरी ना अकाउंट च आऊगी, भई अकाउंट खिलाना पऊगा जी। मैं कहा जी मैं तो कोई अकाउंट है नहीं, कहिंदा चल असीं खिला दिंदे आ। इन्होंने मेरा अकाउंट खिलाता जी पहला तां उत्ते HDFC बैंक च, ते खिला के मैनू 15 दिन मगरों कहिंदे जी तेरा अकाउंट तो बंद हो गया, तो तेन दूजा खिलाना पऊगा। ऐं करदे करदे इन्होंने मेरे 3 अकाउंट खिला लिए जी, ते मैनू बाद च थोड़े दिनों मगरों कहन लग गए जी चलो जी साडी ना जवाकां दी फीसां आण गईआं, तो बहुत वड्डा दफ्तर से 10-12 तो कुड़ियां लगियां सी इन्हां दे, बहुत वड्डा ढिलो जी मेरे सामने दफ्तर सी इन्हां दा जी, ते ऐ करके जी उत्थे लग गए जी। तो मैं इन्हां ने बाद च देखा तो इन्होंने मैं प्रूफ से फोन लै लिया जी, इन्होंने मैंने तो पता नहीं लग्या भी मैं प्रूफ से फोन लै लिया। मेरे घर फोन वाले आए जी घर, कहिंदे भी तू 1.5 लाख का फोन लिता, मैं कोहदा कीपैड वाला छोटा जिहा फोन सी जी, ते मेरे घर दे कहिंदे तू फोन लै लिया इन्ना महंगा, ते मैं आपदे इन्हां सर नूं कहा जी तुसीं मेरे फोन लिता, कहना लिता पहली किस्त मेरे 25,000 रुपया आई, मैं इन्हां नूं जाके कागज़ फड़ाता कहने भर देंगे, दूजी आई जी 47,000 रुपये की पिछली बसंत से पिछली जनवरी से जी, तो इन्हें नहीं भरी, तीजी जो आई इन्हें नहीं भरी, मैं जाके मैं तो आते जाके लड़दा इन्हों तो आते खाते बंद मैं तो हटदा जी, तो जो देखा तो कोई दफ्तर नहीं कुछ नहीं, तो भज गए जी। तो उस तो पहला तो मैं आते मैं कहते एक मुंडा हो चाहिए, मैं आते भरा भी इतने लवाता जी, अस तो दोनों मरन फिर दसो की करिए, साढ़े घर पुलिस आँदी है, उन्होंने ना 1 रुपया खाधा ना कुछ, जी तनखा से वह भी मेरे पल्ले पवा दी, 1.5 लाख रुपया मेरे
प्रूफ से फोन लै लिया, डेढ़ लाख का मेरे से फोन लै लिया, इन्हू एक तनखा दी 7-8 हज़ार रुपया जी, तो मैनू दिता जी 20-25 हज़ार रुपया मैं दिता, तो इन्ने इन्ने करोड़ रुपये साढ़े से करजा चढ़ाता जी। हम दसो की करिए जी। सो यह बंद कर दो जी, फोन इन बंद कर दो, आप गलबात करते हैं। सो यह मामला कितों शुरू होंगे? इन्हों के जो मैं ऑफ द रिकॉर्ड कई बार कैमरे के उत्ते गल दसनी नहीं आती, इन्हों के नाँ के उत्ते जो मैं तुम पहले दसिया कि कंपनियां बना ली गई, वड्डे वड्डे इशार दिए गए, तो उन्होंने जोड़ा ये कह गया कि तुहानू वर्क परमिट, वर्क परमिट के उत्ते की हुंदा? मेरे को कुछ दरखास्त ने, इन्हों की मदर नीलम राणी का लिफाफा जोड़ा इन्ह को पिया, क्योंकि देखो किन्नी मेहनत करनी पैंदी है, तुहाडे मेरे ते उत्ते एक परचा हो जाए, इन्हां दे पता नहीं किन्ने क परचे होने आ, देखो इन्ना थे इत्थे लगी पई है कागजां दी, ते आ थब्बी कागजां दी इन्हां कोले आ। भगवंत सिंह मान मुख्यमंत्री तो लैके DGP तक इन्हां ने दरखास्तां लिखियां, सो कार्रवाई कराउंदे ने। इह नीरज कुमार उर्फ अंकुश, मोबाइल नंबर बड़ा वैगा जी, 408 है, रजनीश कुमार ते मनीष कुमार, एक हैगा जी ਧੁੱਬੀਆਣਾ ਰੋਡ ਬਠਿੰਡੇ ਦੇ। ਇੰਦਰਪ੍ਰੀਤ ਸਿੰਘ ਜਿਹੜਾ ਪ੍ਰੀਤ ਹੈ, ਇਹ ਤਲਵੰਡੀ ਸਾਬੂ ਦਾ ਰਹਿਣ ਵਾਲਾ ਹੈ, ਅਤੇ ਰਾਜਨ ਮਹਿਣਾ ਚੌਂਕ ਦਾ, ਅਤੇ ਨਵੀ ਜੋਸ਼ੀ ਜਿਹੜਾ ਹੈਗਾ ਉਹ ਵੀ ਉਹਦੇ ਨਾਂ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਬੈਂਕ ਖਾਤੇ ਖੁਲਾ ਕੇ ਠੱਗੀ ਮਾਰਨ ਦੇ ਦੋਸ਼ ਲਾਏ ਨੇ। ਸੋ ਜੋ ਗੱਲ ਇਹਨੇ ਦੱਸੀ ਹੈ ਵੀ ਉਹੀ ਗੱਲ ਵੀ 2020 ਦੇ ਵਿੱਚ ਲਾਕਡਾਊਨ ਸੀ ਅਤੇ ਮੇਰੇ ਨਾਲ ਇਹ ਕੁਛ ਹੋਇਆ। ਇਹਨਾਂ ਕੋਲ ਰਜਿਸਟਰੀਆਂ ਦੀਆਂ ਸਬੂਤ ਨੇ ਵੀ ਕਿਹਨੂੰ ਰਜਿਸਟਰੀਆਂ ਕਰਾਈਆਂ ਅਤੇ ਕੀ ਕੁਛ ਹੋਇਆ। ਹੁਣ ਇਹਦੇ ਵਿੱਚ ਗੱਲ ਕੀ ਸਾਹਮਣੇ ਆਉਂਦੀ ਹੈ ਕਿ ਇਹਨਾਂ ਦੇ ਖਿਲਾਫ ਕੁਛ ਲੋਕਾਂ ਨੇ ਦਰਖਾਸਤਾਂ ਦਿੱਤੀਆਂ, ਉਹ FIR ਜਿਹੜੀਆਂ ਹੋਈਆਂ ਨੇ ਉਹ ਦਿਖਾਓ ਜੀ, ਕਿਹੜੀਆਂ ਤੁਹਾਨੂੰ ਦਿੱਲੀ ਪੁਲ ਉਹ ਹਰਿਆਣੇ ਦੀ ਕਿ UP ਦੀ ਪੁਲਿਸ ਆਈ ਸੀ ਜਿਹੜੀ, ਉਹ ਦਿਖਾਓ ਮੈਨੂੰ। ਆ ਆ ਗਈਆਂ ਜੀ FIR। ਇੱਕ FIR ਇਹਨਾਂ ਦੇ ਨਾਂ ਦੇ ਉੱਤੇ ਹੁੰਦੀ, ਸਿਵਲ ਲਾਈਨ 'ਚ ਵੀ ਹੁੰਦੀ ਹੈ ਜੀ, ਕੀਰਤੀ ਨਗਰ ਥਾਣੇ ਦੇ ਵਿੱਚ। ਕੀਰਤੀ ਨਗਰ ਥਾਣਾ ਦਿੱਲੀ ਦੇ ਵਿੱਚ ਹੁੰਦੀ ਹੈ, ਅਤੇ ਜਿਹੜਾ ਸ਼ਿਕਾਇਤ ਕਰਤਾ ਉਹ ਗਾਜ਼ੀਆਬਾਦ ਦਾ ਹੈ, ਅਤੇ ਉਹ ਕਹਿੰਦਾ ਜੀ ਮੇਰੇ ਰਿਸ਼ਤੇਦਾਰ ਕੋਈ ਕਿੱਥੋਂ ਦਾ ਰਹਿਣ ਵਾਲਾ, ਆਪਣੇ ਦਾ ਨੇਪਾਲ ਦਾ, ਅਤੇ ਕੋਈ ਕਿੱਥੋਂ ਦਾ, ਉਹ ਕਹਿੰਦਾ ਜੀ ਇਹ ਬੰਦਿਆਂ ਨੇ ਮੇਰੇ ਜਿਹੜੇ ਜਵਾਈ ਸੀ ਉਹਨਾਂ ਨੂੰ ਜੌਬ ਲਵਾਉਣ ਦੀ ਗਰੰਟੀ ਦਿੰਦੇ ਹੋਏ ਅਤੇ ਗਾਜ਼ੀਆਬਾਦ ਗਏ, ਉੱਥੇ ਜਾ ਕੇ ਇਹਨਾਂ ਤੋਂ ਪੈਸੇ ਲਏ, ਕਹਿੰਦੇ ਕੈਨੇਡਾ ਅਤੇ ਆਸਟ੍ਰੇਲੀਆ ਭੇਜਦੇ ਸੀ, ਕੰਪਨੀ ਦਾ ਹੈੱਡ ਇੰਚਾਰਜ ਦੱਸਿਆ ਗਿਆ, ਅਤੇ ਇਹਨਾਂ ਤੋਂ ਕਹਿੰਦੇ ਸਾਡੇ ਤੋਂ ਪੈਸੇ ਕਿਵੇਂ ਜਮ੍ਹਾਂ ਕਰਾਏ। ਹੁਣ ਬੜੀ ਇੰਟਰਸਟਿੰਗ ਜਿਹੜੀ ਚੀਜ਼ ਤੁਹਾਨੂੰ ਕਹਿੰਦਾ ਕਿ ਇਹਨਾਂ ਦਾ ਮੇਨ ਮੁੱਢ ਸਪਰਿੰਡੀ ਕੀ ਹੁੰਦਾ, ਤੁਹਾਨੂੰ ਕਹਿਣਗੇ ਜੀ 1500 ਤੋਂ ਲੈ ਕੇ 10,000 ਰੁਪਇਆ ਜਾਂ ਕੋਈ ਵੀ ਜਿੱਥੇ ਤੁਹਾਡਾ ਸੈਟਿੰਗ ਬਹਿੰਦੀ ਹੈ ਸਾਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਾਓ, ਫਿਰ ਤੁਹਾਨੂੰ ਇਹ ਇੱਕ ਕਿਸੇ ਬੰਦੇ ਕੋਲ ਪਹਿਲਾਂ ਹੀ ਭੇਜ ਦੇਣਗੇ ਕਿ ਤੁਸੀਂ ਮੈਡੀਕਲ ਕਰਾ ਕੇ ਆਓ। ਹੁਣ ਮੈਡੀਕਲ ਕਿੰਨੇ ਦਾ ਹੁੰਦਾ? ਮੈਡੀਕਲ ਅਸਲ ਦੇ ਵਿੱਚ ਉਹ ਡਾਕਟਰ ਦੀ ਫੀਸ 500 ਤੋਂ 1000 ਰੁਪਇਆ ਹੁੰਦਾ, ਅਤੇ 6500 ਤੋਂ ਲੈ ਕੇ 14-15 ਹਜ਼ਾਰ ਰੁਪਇਆ ਇਹ ਲੈ ਲੈਂਦੇ ਨੇ, ਬਾਕੀ ਫੀਸ ਉਸ ਬੰਦੇ ਤੋਂ ਲੈ ਆਉਂਦੇ ਆ। ਹੁਣ ਜਿਹੜਾ ਤੁਹਾਡੇ ਤੋਂ 10,000 ਰੁਪਇਆ ਲੈ ਲਿਆ ਅਤੇ ਮੁੜ ਕੇ ਜਦੋਂ ਮੈਡੀਕਲ ਦੇ ਨਾਂ ਦੇ ਉੱਤੇ ਫਿਰ ਤੁਹਾਨੂੰ ਕਹਿਣਗੇ ਅਸੀਂ ਕਾਰਵਾਈ ਸ਼ੁਰੂ ਕਰ ਦਿੰਦੇ, ਫਿਰ ਕਹਿ ਦਿੰਦੇ ਤੁਹਾਡਾ ਮੈਡੀਕਲ ਫੇਲ ਹੋ ਗਿਆ, ਤੁਹਾਡਾ ਵੀਜ਼ਾ ਨਹੀਂ ਲੱਗਿਆ ਅਤੇ ਤੁਹਾਡਾ ਰਿਜੈਕਟ ਹੋ ਗਿਆ। ਹੁਣ ਮਸਲਾ ਕੀ ਹੁੰਦਾ? ਪੈਸੇ ਇਹ ਆਪਦੇ ਨਾਂ 'ਤੇ ਨਹੀਂ ਪਾਉਂਦੇ, ਪੈਸੇ ਇਹ ਦੀਪਕ ਅਤੇ ਪ੍ਰਦੀਪ ਵਰਗਿਆਂ ਦੇ ਨਾਂ 'ਤੇ ਪਾਉਂਦੇ ਨੇ। ਵਿਧਵਾ ਔਰਤ ਹੈ, 2 ਬੱਚੇ ਨੇ, ਕੰਮ ਕਰਦੇ ਆ, ਪੰਜਾਬ ਨਸ਼ਿਆਂ ਦੀ ਗਰਗਤ ਦੇ ਵਿੱਚ ਅਜੇ ਇਹੋ ਜਿਹੇ ਬੱਚੇ ਬੜੇ ਦੀ ਮਾਤਾ ਨੇ ਬੜਾ ਮੁਸੀਬਤਾਂ ਦੇ ਨਾਲ ਇਹਨਾਂ ਨੂੰ ਕਰੈਕਟ ਕੀਤਾ, ਕਰੈਕਟ ਕਰਕੇ ਕੰਮ ਲਾਇਆ, ਅਤੇ ਜਦੋਂ ਕੰਮ ਲੱਗੇ ਤਾਂ ਇਹਨਾਂ 'ਤੇ ਮੁਸੀਬਤ ਫੇਰ ਪੈ ਗਈ। ਇਸੇ ਤਰ੍ਹਾਂ ਇੱਕ FIR ਨੰਬਰ ਤੁਹਾਨੂੰ ਮੈਂ ਦੱਸਦਾ, ਪੁਲਿਸ ਸਟੇਸ਼ਨ ਕੈਂਟ ਦੇ ਵਿੱਚ ਹੁੰਦੀ ਹੈ, ਸਿਵਲ ਲਾਈਨ ਦੇ ਵਿੱਚ ਹੁੰਦੀ ਹੈ, ਅਤੇ ਇਹ FIR ਜਿਹੜੀ ਹੁੰਦੀ ਹੈ ਇਹਦੇ ਵਿੱਚ ਜਿਹੜਾ ਜੀ ਤੁਹਾਨੂੰ ਮੈਂ ਦੱਸ ਦੂੰਗਾ ਕਿ ਬੱਸ ਅੱਡੇ ਦਾ ਇੱਕ ਬੰਦਾ ਪਰਮਿੰਦਰ ਬਾਂਸਲ, ਉਹਨੇ ਇਹ ਗੱਲ ਕਹੀ ਹੈ ਕਿ ਇਹ ਲੋਕ ਮਿਲ ਕੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਫੋਨਾਂ ਉੱਪਰ ਕਾਲਾਂ ਕਰਕੇ ਜਿਹੜੇ ਪੰਜਾਬ, ਗੁਜਰਾਤ, ਬਿਹਾਰ, ਦਿੱਲੀ, ਨੇਪਾਲ, ਉੜੀਸਾ ਦੇ ਅਲੱਗ ਅਲੱਗ ਅਤੇ ਹੋਰ ਸਟੇਟਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਵਰਕ ਪਰਮਿਟ ਦੀ ਪੱਕੀ ਗਰੰਟੀ ਦਿੰਦੇ ਆ, ਅਤੇ ਸਾਡੇ ਕੋਲ ਆ ਕੇ ਕਹਿੰਦੇ ਵੀ ਆਓ ਆਸਟ੍ਰੇਲੀਆ, ਸਿੰਗਾਪੁਰ, ਕੈਨੇਡਾ ਕਿਸੇ ਵੀ ਦੇਸ਼ ਵਿੱਚ ਜਾਣ ਦੇ ਲਈ ਵਰਕ ਪਰਮਿਟ ਦਾ ਵੀਜ਼ਾ 3 ਸਾਲ ਵਾਸਤੇ ਲੈ ਸਕਦੇ ਹੋ, ਅਤੇ ਇੱਥੇ ਬੁਲਾ ਕੇ ਉਹਨਾਂ ਪਾਸੋਂ ਧੋਖੇ ਨਾਲ ਜਿਹੜਾ ਵਰਕ ਪਰਮਿਟ ਦੇ ਨਾਂ ਦੇ ਉੱਤੇ ਨਾ ਇਹਨਾਂ ਦੇ ਕੋਈ ਲਾਇਸੈਂਸ ਅਤੇ ਨਾ ਹੋਰ ਹੈ, ਅਤੇ ਬੇਰੁਜ਼ਗਾਰ ਭੋਲੇ ਭਾਲੇ ਬੱਚਿਆਂ ਨੂੰ ਅੱਗੇ ਕਰਕੇ ਉਹਨਾਂ ਦੇ ਰਾਹੀਂ ਲੁੱਟ ਸੁੱਟ ਕਰਾਉਂਦੇ ਨੇ। ਇਹਨਾਂ ਦੇ ਉੱਤੇ FIR ਦਰਜ ਹੁੰਦੀ ਹੈ ਥਾਣਾ ਸਿਵਲ ਲਾਈਨ ਦੇ ਵਿੱਚ। ਕੀਰਤੀ ਨਗਰ ਵਾਲੀ ਤੁਹਾਨੂੰ ਦਿਖਾਤੀ। ਇਸੇ ਤਰ੍ਹਾਂ ਹੀ ਇਹੀ ਇੱਕ ਵੇਖਣ ਵਾਲੀ ਗੱਲ ਹੈ ਕਿ ਇਹ ਲੋਕ ਕਿਵੇਂ ਮੋਡਸ ਪਰੇਡੀ ਕਰਦੇ ਨੇ।
ਜਿਹੜੀ ਆਉਂਦੀ ਹੈ ਜੀ ਇੱਕ 4/6/19 ਨੂੰ ਹੁੰਦੀ ਹੈ ਕੀਰਤੀ ਨਗਰ ਦੇ ਵਿੱਚ, ਇੱਕ ਇਸੇ ਦੀ ਕਾਪੀ ਹੈ। ਚਲੋ ਇਹ 14 ਦੇ ਵਿੱਚ ਹੁੰਦੀ ਹੈ ਜੀ, ਇਹ 14 ਦੇ ਵਿੱਚ ਹੁੰਦੀ ਹੈ। ਇਹਨਾਂ ਵਿਅਕਤੀਆਂ ਦੇ ਉੱਤੇ ਇਹਨਾਂ ਨੇ ਬੜੀ ਹਿੰਮਤ ਕੀਤੀ ਕਿ ਇਹਨਾਂ ਦੇ ਨਾਲ ਜਿਹੜੀ ਠੱਗੀ ਵੱਜੀ ਆ ਉਸ ਤੋਂ ਪਹਿਲਾਂ ਇਹ ਠੱਗੀ ਕਿਵੇਂ ਮਾਰਦੇ ਸੀ, ਇਹਨਾਂ ਨੇ ਇਹ ਕਾਪੀਆਂ ਤੁਹਾਡੇ ਮੇਰੇ ਵਰਗਿਆਂ ਨਾਲ ਤਾਲਮੇਲ ਕਰਕੇ ਮੰਗਾਈਆਂ। ਨੀਲਮ ਜੀ ਇਹ ਸਾਰੀ ਗੱਲ ਕਿਵੇਂ ਹੋਈ ਇਹ ਚੀਜ਼? ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ। ਹਾਂਜੀ ਮੈਂ ਬਹੁਤ ਦੁਖੀ ਔਰਤ ਹਾਂ, ਬਹੁਤ ਪਰੇਸ਼ਾਨ ਹਾਂ। ਮੈਂ SSB ਦੇ ਵੀ ਧੱਕੇ ਖਾਏ, DI ਦੇ ਵੀ ਧੱਕੇ ਖਾਏ, ਸਰ ਮੇਰੇ ਕੋਈ ਕਾਰਨ ਨਹੀਂ। ਸਰ ਧਮਕੀਆਂ ਦਿੰਦੇ, ਕਹਿੰਦੇ ਅਸੀਂ ਪੈਸਾ ਲਾ ਦਿੰਦੇ, ਸਰ ਪੁਲਿਸ ਸਾਡੀ ਹੈ, ਤੁਹਾਡੇ ਤੁਸੀਂ ਕੁਛ ਨਹੀਂ ਵਿਗਾੜ ਸਕਦੇ, ਜੇ ਤੁਹਾਡੇ ਤੋਂ ਕੁਛ ਹੁੰਦਾ ਕਰ ਲਓ, ਨਹੀਂ ਫਿਰ ਤੁਹਾਡੇ ਬੱਚਿਆਂ ਨੂੰ ਕਤਲ ਮਾਰ ਦਾਂਗੇ ਅਸੀਂ, ਅਸੀਂ ਦੱਸੋ ਕਿੱਥੇ ਜਾਈਏ, ਸਾਡਾ ਕੋਈ ਸਹਾਰਾ ਹੀ। ਇਸ ਕਰਕੇ ਹਾਰ ਕੇ ਮੈਂ ਮੀਡੀਆ ਨੂੰ ਬੁਲਾ ਕੇ ਇਸ ਕਰਕੇ ਗੱਲ ਕਰ ਰਹੀ, ਮੈਂ ਬਹੁਤ ਦੁਖੀ ਹਾਂ। ਮੈਨੂੰ ਬਚਾਇਆ, ਬੱਚੇ ਨੂੰ ਬਚਾਇਆ, ਮੈਨੂੰ ਬਚਾਇਆ, ਜੋ ਕਿ ਮੇਰੀ ਜਾਨ ਨੂੰ ਵੀ ਖਤਰਾ ਸੀ, ਰੇੜੀ ਵੀ ਲਾ ਸਕਦੇ, ਸਾਨੂੰ ਖਤਰਾ ਹੋਇਆ, ਮੈਂ ਸਾਡੇ ਬੱਚੇ ਨੂੰ ਮਾਰਤਾ, ਸਾਡੇ ਕੋਈ ਜਦੋਂ ਮਾਰਤਾ ਤਾਂ ਪੁਲਿਸ ਆ ਕੇ ਕੀ ਕਰੂਗੀ, ਜਦੋਂ ਸਾਡੇ ਜਿੰਦੇ ਜੀ ਨਹੀਂ ਪੁੱਛ ਰਹੇ ਤਾਂ ਪਿੱਛੋਂ ਅਸੀਂ ਕੀ ਕਰਾਵਾਂਗੇ, ਦੱਸੋ ਅਸੀਂ ਤਾਂ। ਮੈਂ ਤਾਂ ਆ ਵਿਧਵਾ ਔਰਤਾਂ, ਮੇਰੇ ਕੰਮ ਆਏ ਤਾਂ ਕੁਛ ਆਹੀ, ਮੇਰੇ ਬੱਚੇ ਸਾਰਾ ਸੀ, ਇਹ ਵੀ ਬਰਬਾਦ ਕਰਤੇ ਇਹਨਾਂ ਬਾਹੂਆਂ ਨੇ ਜੀ, ਮਨੀਸ਼ ਸਭ ਪ੍ਰੀਤ ਵਰਗਿਆਂ ਨੇ ਜੀ, ਮੈਂ ਬਹੁਤ ਦੁਖੀ, ਨਿਰਾਸ਼ ਹੋ ਗਿਆ ਜੀ, ਤਾਂ ਕੁਛ ਸਸਤਾ ਕਹਿ ਦਿੰਦੇ ਜੀ, ਤੁਸੀਂ ਗਾਂਹ ਪਹੁੰਚ ਕੇ ਤਾਂ ਮਾਰ ਦਾਂਗੇ, ਪੁਲਿਸ ਸਾਡੀ ਹੈ, ਤੁਸੀਂ ਕੁਛ ਨਹੀਂ ਵਿਗਾੜ ਦਿੱਤਾ, ਸੋਚ ਰਹਾ ਅਸੀਂ ਕਿੱਥੇ ਮਾਰੀਏ, ਜੇ ਅਸੀਂ ਮਰ ਕੇ ਮਗਰ ਪੁਲਿਸ ਆਊਗਾ ਤਾਂ ਅਸੀਂ ਕਿਹੜੇ ਕੁਝ ਦੇਖਣ ਆਵਾਂਗੇ, ਸਾਨੂੰ ਕੌਣ ਮਾਰ ਗਿਆ, ਕੌਣ ਖਪਾ ਗਿਆ। ਇਸ ਕਰਕੇ ਮੇਰੀ ਬੇਨਤੀ ਹੈ, ਮੈਂ ਤਾਂ ED ਨੂੰ ਵੀ ਚਿੱਠੀ ਪਾ ਤੀ, ਮੈਂ ਤਾਂ ਕ੍ਰਾਈਮ ਬ੍ਰਾਂਚ ਨੂੰ ਵੀ ਚਿੱਠੀ ਪਾ ਤੀ, CBI ਨੂੰ ਵੀ ਪਾ ਤੀ, ਸਾਨੂੰ ਬਚਾਇਆ ਜਾਵੇ ਜੀ, ਸਾਨੂੰ ਜਾਲ ਤੋਂ ਕੱਢਿਆ ਜਾਵੇ ਜੀ, ਇਹਨਾਂ ਸਾਨੂੰ 3 ਕਰੋੜ ਦੀ ਠੱਗੀ ਸਾਡੇ ਨਾਲ ਮਾਰੀ, ਬਾਕੀ ਹੋਰ ਹੈਗੇ ਜੀ, ਅਸੀਂ ਉਹ ਵੀ ਬੰਦੇ ਇਕੱਠੇ ਕਰਕੇ ਤੁਹਾਨੂੰ ਪੇਸ਼ ਕਰਾਵਾਂਗੇ, ਸਾਨੂੰ ਤਾਂ ਬਚਾਇਆ ਜਾਵੇ। ਮੈਂ ਤਾਂ ਬਹੁਤ ਕਿ ਰਾਤ ਨੂੰ ਨੀਂਦਰਿਆਂ ਦੀ ਹਾਰ ਦੀ ਪੇਸ਼ ਰਿਹਾ, ਮੈਂ ਦਵਾਈ ਖਾਂਦੀ ਹਾਂ ਜੀ, ਦੱਸੋ ਮੈਂ ਕੀ ਕਰਾਂ, ਮੈਂ ਕਿਹੜੇ ਬਚਾਂ, ਮੇਰਾ ਕੁਛ ਅਸੀਂ ਰੇੜੀ ਤਾਂ ਨਹੀਂ ਲਵਾਉਂਦੇ, ਕਿਤੇ ਮੇਰੇ ਬੱਚੇ ਨੂੰ ਰੇੜੀ ਤਾਂ ਨਾ ਮਰਵਾ ਜਾਂਦੀ, ਅਸੀਂ ਤਾਂ ਭੁੱਖੇ ਦੇ ਬੈਠਿਆ ਕਰੇ, ਸਾਡੀ ਤਾਂ ਸੰਸਥਾ ਹੀ ਮਦਦ ਕਰੇ, ਸਾਡੀ ਹੈਲਪ ਕਰੋ ਜੀ, ਸਾਡੀ ਸੰਸਥਾ ਹੋ ਗਈ ਲੱਕਾ ਸਧਾਣਾ ਹੋ ਗਿਆ, ਕੋਈ ਸਾਡੀ ਹੈਲਪ ਕਰੇ, ਸਾਡੇ ਮੂਹਰੇ ਆ ਗਈ ਪੁਲਿਸ, ਸਾਡੇ ਮੂਹਰੇ ਆ ਗਈ ਨਾ ਤਾਂ ਪੁਲਿਸ, ਸਾਡੀ ਅੱਜ ਸੁਣਾਈ ਕੀਤੀ, ਮੈਂ ਤਾਂ 1.5 ਸਾਲ ਹੋ ਗਿਆ, ਪੰਜ SSB ਦੇ ਪੇਸ਼ ਹੋਏ, CDI ਦੇ ਪੇਸ਼ ਵੀ ਹੋ ਗਏ, IG ਦੇ ਪੇਸ਼ ਵੀ ਹੋ ਗਈ, ਭਗਵੰਤ ਮਾਨ ਵੀ ਚਿੱਠੀਆਂ ਪਾ ਦੇ, ਸਾਡੀ ਕਿਤੇ ਕਾਰਵਾਈ ਨਹੀਂ ਹੋਈ, ਸਾਡੀ ਮਦਦ ਕਰੋ ਜੀ, ਸਾਨੂੰ ਬਚਾਇਆ ਜਾਵੇ, ਸਾਡੇ ਜਾਲ ਤੋਂ ਕੱਢਿਆ ਜਾਵੇ, ਅਸੀਂ 3 ਕਰੋੜ ਕਿੱਥੋਂ ਭਰਾਂਗੇ, ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂ, ਸਾਡੇ ਕੋਲ ਕਿੱਥੋਂ ਭਰਾਂਗੇ, ਤਾਂ ਇਸ ਤੋਂ 10,000 ਤਾਂ ਲੱਗੇ ਸੀ ਬੱਚੇ ਮੇਰੇ, ਮੈਂ ਬੜੀ ਖੁਸ਼ ਹੋਈ, ਸਾਨੂੰ ਭਲਾਵੇਂ ਦੇਖ ਕੇ ਬੱਚਿਆਂ ਨੂੰ ਬਰਾਬਰ ਰੁਕ ਕੇ ਅਕਾਊਂਟ ਖਾਤੇ ਖੁਲਾ ਲੈਣ, ਸਰ ਖੁਲਾ ਲਿਆ, ਦੱਸੋ ਜਿਹਨਾਂ ਅਸੀਂ ਹੁਣ ਕਿੱਥੇ ਜਾਈਏ, ਹੁਣ ਸਾਨੂੰ ਹੈਲਪ ਕਰੋ, ਸਾਡੀ ਮਦਦ ਕਰੋ ਜੀ, ਦੱਸੋ ਹੁਣ ਮੇਰੇ 2 ਬੱਚੇ ਕਿਤੇ ਕੀ ਕਰ, ਕਿਵੇਂ ਖਾ, ਕੀ ਕਰੀਏ, ਦੱਸੋ, ਜੇ ਸਾਨੂੰ ਕੱਲ੍ਹ ਕੋਈ ਮਾਰ ਜਾਂਦਾ ਉਦੋਂ ਪੁਲਿਸ ਸਾਡੇ ਘਰ ਆ ਜੂਗੀ, ਜਦੋਂ ਹੁਣ ਅਸੀਂ ਜਿੰਦੇ ਜੀ ਸਾਡੇ ਪੁਲਿਸ ਨੇ ਸਾਥ ਦਿੱਤਾ, ਤਾਂ ਮਰੇ ਵਿੱਚ ਕਦੇ ਸਾਥ ਦੂਗੀ, ਸਾਰੀ ਪੁਲਿਸ ਵਿਕ ਹੋਈ ਗਈ ਉਹਨਾਂ ਨਾਲ ਜੀ, ਪੁਲਿਸ ਰਲੀ ਹੋਈ ਆ, ਉਹ ਕਹਿੰਦੇ ਸਾਡੀ ਪੁਲਿਸ ਸਾਡੀ, ਤੁਸੀਂ ਕੁਛ DSP ਕੋਲ ਵੀ ਸਾਡਾ ਕੇਸ ਪੈਂਡਿੰਗ ਪਿਆ, SSB ਦੇ ਵੀ ਕੇਸ ਪੈਂਡਿੰਗ ਪਿਆ ਜੀ, ਆਪਣੇ ਸਾਈਬਰ ਸੈੱਲ 'ਚ ਕੇਸ ਪੈਂਡਿੰਗ ਪਿਆ ਸਾਡਾ, ਤਾਂ ਇਹੋ ਬਿੰਗ 'ਚ ਵੀ ਸਾਡਾ ਕੇਸ ਪੈਂਡਿੰਗ ਪਿਆ, ਦੱਸੋ ਹੁਣ ਅਸੀਂ ਕੀ ਕਰੀਏ, ਸਾਡੇ ਕਾਰਨ ਅਖੀਰ ਕਰ, ਮੈਂ ਮੀਡੀਆ ਵਾਲਿਆਂ ਨੂੰ ਇਕੱਠਾ ਕੀਤਾ, ਮੈਂ ਮੀਡੀਆ ਵਾਲਿਆਂ ਨੂੰ ਬੁਲਾਇਆ, ਮੇਰੀ ਸੁਣਾਈ ਕੀਤੀ ਜਾਵੇ ਜੀ, ਮੇਰੀ ਬੇਨਤੀ ਹੱਥ ਜੋੜ ਕੇ ਮੇਰੇ ਬੱਚਿਆਂ ਨੂੰ ਬਚਾਇਆ ਜਾਵੇ, ਸਾਨੂੰ ਬਚਾਇਆ ਜਾਵੇ, ਸਾਡਾ ਕੋਈ ਨਾ ਕੁਛ ਵੀ ਹੈ, ਨਾ ਅਸੀਂ ਕੁਛ ਖਾਧਾ ਨਾ ਕਰੇ, ਮੈਂ 25-1.5 ਸਾਲ ਹੋ ਗਏ ਜੀ, ਮੇਰੇ ਕੋਈ ਸਹਾਰਾ ਨਹੀਂ, ਦੱਸੋ ਹੁਣ ਮੈਂ ਕਿੱਥੇ ਜਾਵਾਂ, ਦੱਸੋ ਹੁਣ ਮੈਂ ਕੀ ਕਰਾਂ, ਦੱਸੋ ਜੇ ਮੇਰੇ ਬੱਚਿਆਂ ਨੂੰ ਮਾਰ ਕੇ ਮੈਨੂੰ ਮਾਰ ਕੇ, ਦੱਸੋ ਕੀ ਕਰਾਂਗੇ ਅਸੀਂ, ਦੱਸੋ, ਮੈਂ ਤਾਂ ਬਹੁਤ। ਇਹ ਨੀਲਮ ਰਾਣੀ ਦੀ ਦਾਸਤਾਨ ਤੁਸੀਂ ਸੁਣੀ, ਇਹ ਇਕੱਲੀ ਇੱਕ ਨੀਲਮ ਰਾਣੀ ਨਹੀਂ, ਇਹੋ ਜਿਹੀਆਂ ਕਈ ਮਾਵਾਂ ਹੋਣਗੀਆਂ, ਇਹੋ ਜਿਹੇ ਕਈ ਬੱਚੇ ਹੋਣਗੇ। ਜੇਕਰ ਤੁਹਾਡੇ ਕੋਲ ਵੀ ਕੁਛ ਐਸਾ ਰਿਕਾਰਡ ਹੈ ਕਿ ਇਹ ਫਰਾਡ ਇਮੀਗ੍ਰੇਸ਼ਨ ਕੰਪਨੀਆਂ ਕਿਸ ਤਰ੍ਹਾਂ ਗਰੀਬ ਭੋਲੇ ਭਾਲੇ ਲੋਕਾਂ ਨੂੰ ਆਪਣੇ ਕੋਲ ਨੌਕਰੀਆਂ ਦਿੰਦੀਆਂ ਨੇ, ਫਰੰਟ ਡੈਸਕ ਦੇ ਉੱਤੇ ਬੱਚਿਆਂ ਨੂੰ ਨੌਕਰੀਆਂ ਦਿੰਦੀਆਂ ਨੇ, ਫਿਰ ਉਹਨਾਂ ਦੇ ਨਾਂ ਅਕਾਊਂਟ ਖੁਲਾ ਕੇ ਉਹਨਾਂ ਦੇ ਨਾਂ ਦੇ ਉੱਤੇ ਕੰਪਨੀਆਂ ਬਣਾ ਕੇ ਇਹ ਮਾਫੀਆ ਲੋਕਾਂ ਤੋਂ ਪੈਸੇ ਬਟੋਰਦਾ। ਤੁਹਾਨੂੰ ਇੱਕ ਗੱਲ ਦੱਸਦਿਆਂ ਕਿ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਅਮਰੀਕਾ ਕਨੇਡਾ ਵਰਕ ਪਰਮਿਟ ਇਸ ਤਰ੍ਹਾਂ ਨਹੀਂ ਲੱਗਦਾ, ਜਿਵੇਂ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਕਨੇਡਾ ਦੇ ਵਿੱਚ ਫਾਰਮ ਲੇਬਰ ਦੇ ਨਾਂ ਦੇ ਉੱਤੇ ਇੱਕ CWC ਕੰਪਨੀ ਜਿਹੜੀ ਆ ਉਹ ਠੱਗੀਆਂ ਮਾਰਦੀ ਸੀ। ਇਹੋ ਜਿਹੇ ਵਿਅਕਤੀ ਜਾਲੀ ਕੰਪਨੀਆਂ ਬਣਾਉਂਦੇ ਨੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉੱਥੋਂ ਜਾਲੀ ਕੰਪਨੀਆਂ ਦੇ ਨਾਂ 'ਤੇ ਤੁਹਾਨੂੰ ਔਫਰ ਲੈਟਰਾਂ ਆਉਂਦੀਆਂ ਨੇ। ਸੋ ਧਿਆਨ ਨਾਲ ਰਹੋ, ਇਹ 2 ਬੱਚੇ ਜਿਹੜੇ ਤੁਹਾਨੂੰ ਮੈਂ ਦਿਖਾਏ ਆ, ਜੇਕਰ ਹੋਰ ਵੀ ਤੁਹਾਡੇ ਕੋਲ ਇਹੋ ਜਿਹੇ ਵਿਅਕਤੀ ਨੇ ਤਾਂ ਸਾਨੂੰ 8 ਲਿਖੇ ਨੰਬਰ ਦੇ ਉੱਤੇ ਸੰਪਰਕ ਕਰੋ। ਐਡੇ ਵੱਡੇ ਪਲਿੰਦੇ ਇੱਕ ਗਰੀਬ ਘਰ ਜਿਹੜਾ ਰੇਹੜੀ ਲਾ ਕੇ ਆਪਦਾ ਗੁਜ਼ਾਰਾ ਕਰਦੇ ਨੇ, ਆਂਡਿਆਂ ਦੀ ਰੇਹੜੀ ਲਾਉਂਦੇ ਨੇ, ਕੁਛ ਸਮੋਸੇ ਭਟੂਰਿਆਂ ਦੀ ਰੇਹੜੀ ਲਾਉਂਦੇ ਨੇ, ਅਤੇ ਹੁਣ ਜਿਹੜੇ ਇਹ ਦੋਨੇ ਬੱਚੇ ਨੇ, ਇੱਕ ਡੱਬ ਵਾਲੀ ਕੰਮ ਕਰਦਾ, ਇੱਕ ਬਠਿੰਡੇ, ਅੱਜ ਦੀ ਘੜੀ ਬੇਰੁਜ਼ਗਾਰ ਆ ਇੱਥੇ ਰਕਕ। ਸੋ ਇਹਨਾਂ ਬੱਚੇ ਜਿਹੜੇ ਪ੍ਰਦੀਪ ਅਤੇ ਦੀਪਕ, 2 ਨਹੀਂ ਇਹ ਹੋਰ ਵੀ ਹੋ ਸਕਦੇ ਨੇ, ਬੜੇ ਹੋਰ ਪ੍ਰਦੀਪ ਅਤੇ ਦੀਪਕ ਹੋਣਗੇ, ਬੜੀਆਂ ਹੋਰ ਕੁੜੀਆਂ ਪ੍ਰੀਤੀ ਵਰਗੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਨਾਂ ਦੇ ਉੱਤੇ ਇਹ ਠੱਗੀ ਵੱਜੀ ਹੈ। ਸੋ ਰੇਡੀਓ ਪੰਜਾਬ ਟੋਡੇ ਦੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਨਾ, ਅਤੇ ਨਾਲ ਦੀ ਨਾਲ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਸਾਵਧਾਨ ਹੋ ਜਾਓ,